welcom 10th class students ਸਵਾਗਤ ਹੈ ਤੁਹਾਡਾ ਮੇਰੇ ਚੈਨਲ lets learn with easy tricks ਤੇ ਲਓ ਅੱਜ ਆਪਾਂ ਹਾਜ਼ਰ ਹਾਂ ਇੱਕ ਬਿਲਕੁਲ ਨਵੀਂ ਵੀਡੀਓ ਦੇ ਨਾਲ ਜੋ ਕਿ ਹੈ ਤੁਹਾਡੀ 10th class ਦੀ SST ਦੇ ਪੇਪਰ ਦੀ ਸਾਰੇ ਕੁਐਸਚਨਸ ਦੀ ਵੀਡੀਓ ਠੀਕ ਹੈ ਜੀ ਤਾਂ ਇਹਦੇ ਵਿੱਚ ਆਪਾਂ ਕੁਐਸਚਨਸ ਦੇ ਕੱਲੇ ਆਨਸਰ ਹੀ ਨਹੀਂ ਸਿੱਖਾਂਗੇ ਅਸੀਂ ਇਹ ਵੀ ਸਿੱਖਾਂਗੇ ਕਿ ਉਹ ਆਨਸਰਸ ਆਏ ਕਿਵੇਂ ਹਨ ਉਹ ਆਨਸਰਸ ਦੇ ਪਿੱਛੇ ਉਹਨਾਂ ਦੀ ਹਿਸਟਰੀ ਕੀ ਹੈ ਠੀਕ ਹੈ ਜੀ ਤਾਂ ਆਪਾਂ ਕੱਲੇ-ਕੱਲੇ ਕੁਐਸਚਨ ਨੂੰ ਰੱਟਾ ਨਹੀਂ ਲਗਾਵਾਂਗੇ ਆਪਾਂ ਉਹਨਾਂ ਕੁਐਸਚਨਸ ਨੂੰ ਸਮਝਾਂਗੇ ਤਾਂ ਮੈਨੂੰ ਆਸ ਹੈ ਤੁਹਾਨੂੰ ਇਹ ਵੀਡੀਓ ਪੂਰੀ ਪਸੰਦ ਆਏਗੀ ਲਾਈਕ ਜ਼ਰੂਰ ਕਰ ਦੇਣਾ ਠੀਕ ਹੈ ਜੀ ਤਾਂ ਆਪਾਂ ਸਟਾਰਟ ਕਰਦੇ ਹਾਂ ਕੁਐਸਚਨ ਨੰਬਰ 1 ਇਹ ਹੈਗਾ ਭਾਰਤ ਦੇ ਨਕਸ਼ੇ ਵਿੱਚ ਰੰਗ ਕੀਤੇ ਰਾਜ ਵਿੱਚ ਕਿਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ਤਾਂ ਲੈਟਸ ਹੈਵ ਅ ਲੁੱਕ ক্লোਜ਼ ਲੁੱਕ ਥਿਸ ਇਜ਼ ਆਰ ਇੰਡੀਅਨ ਮੈਪ ਤਾਂ ਕਿਹੜਾ ਏਰੀਆ ਦਿਖ ਰਿਹਾ ਹੈ ਬੇਟਾ ਕਿਹੜੀ ਸਟੇਟ ਦਿਖ ਰਹੀ ਹੈ ਇਹ ਥਿਸ ਇਜ਼ ਰਾਜਸਥਾਨ ਠੀਕ ਹੈ ਜੀ ਕਿਹੜੀ ਹੈ ਇਹ ਰਾਜਸਥਾਨ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ ਮਾਰੂਥਲੀ ਮਿੱਟੀ ਕਲੀਅਰ ਹੋ ਗਿਆ ਰਾਜੇ ਤੁਹਾਨੂੰ ਇਹਦਾ ਆਪਸ਼ਨ ਹੈਗਾ ਆਪਸ਼ਨ ਨੰਬਰ 4 ਮਾਰੂਥਲੀ ਮਿੱਟੀ ਜੋ ਕਿ ਰੇਤਲੀ ਹੁੰਦੀ ਹੈ ਤੇ ਉਹਦੇ ਵਿੱਚ ਕੋਈ ਵੀ ਆਪਣੀ ਬਨਸਪਤੀ ਜਿਹੜੀ ਹੈ ਫਸਲਾਂ ਨਹੀਂ ਉਗ ਸਕਦੀਆਂ ਤੇ ਸਿਰਫ ਕੰਡਿਆਲੀ ਬਨਸਪਤੀ ਹੀ ਉਗ ਸਕਦੀ ਹੈ ਤਾਂ ਤੁਹਾਨੂੰ ਦੋ ਤਿੰਨ ਕੁਐਸਚਨਸ ਹੋਰ ਨਾਲ ਪਤਾ ਲੱਗ ਗਿਆ ਨਾ ਨੈਕਸਟ ਵਨ ਨਕਸ਼ੇ ਨੂੰ ਦੇਖ ਕੇ ਦੱਸੋ ਕਿ ਇਹ ਕਿਹੜੀ ਨਦੀ ਹੈ ਤੁਸੀਂ ਆਪਾ ਨਕਸ਼ੇ ਨੂੰ ਦੇਖੀਏ ਜੀ ਹਾਂਜੀ ਤਾਂ ਇੱਕ ਨਦੀ ਜਾ ਰਹੀ ਹੈ ਬੇਟਾ ਜੋ ਕਿੱਥੋਂ ਸਟਾਰਟ ਹੋਈ ਲੱਗ ਰਹੀ ਆ ਤੁਹਾਨੂੰ ਮਹਾਰਾਸ਼ਟਰਾਂ ਦੇ ਵਿੱਚੋਂ ਹਨਾ ਤੇ ਇਹ ਕਿੱਧਰ ਜਾ ਰਹੀ ਹੈ ਆਪਣੇ ਕਿਹੜੇ ਪਾਸੇ ਵੱਲ ਜਾ ਰਹੀ ਹੈ ਇਹ ਪੂਰਬੀ ਘਾਟ ਵੱਲ ਜਾ ਰਹੀ ਹੈ ਤਾਂ ਇਹ ਕਿਹੜੀ ਨਦੀ ਹੋ ਸਕਦੀ ਹੈ ਤਾਂ ਬੇਟਾ ਜੀ ਇਹ ਨਦੀ ਹੈਗੀ ਆ ਤੁਹਾਡੀ ਦੇਖੋ ਕਿਹੜੀ ਨਦੀ ਹੈ ਗੋਦਾਵਰੀ ਕਿਹੜੀ ਨਦੀ ਹੈ ਬੇਟਾ ਗੋਦਾਵਰੀ ਠੀਕ ਹੈ ਜੀ ਤਾਂ ਨੈਕਸਟ ਵਨ ਛਾਇਆਦਾਰ ਖੇਤਰ ਨੂੰ ਪਹਿਚਾਨ ਕੇ ਦੱਸੋ ਕਿ ਇੱਥੇ ਕਿਹੜੀ ਫਸਲ ਉਗਾਈ ਜਾਂਦੀ ਹੈ ਤਾਂ ਇਹਦੇ ਲਈ ਵੀ ਨਕਸ਼ਾ ਆਪਾਂ ਨੂੰ ਜ਼ੂਮ ਕਰਨਾ ਹੀ ਪੈਣਾ ਹੈ ਤਾਂ ਛਾਇਆਦਾਰ ਖੇਤਰ ਦੇਖੀਏ ਜੀ ਕਿਹੜਾ ਹਾਂਜੀ ਦੇਖੋ ਦਿਖ ਰਿਹਾ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਹਿੱਸਾ ਇਧਰੋਂ ਇਹਨਾਂ ਨੇ ਪੰਜਾਬ ਹਰਿਆਣਾ ਰਾਜਸਥਾਨ ਦਾ ਵੀ ਲਿੱਤਾ ਹੈ ਥੋੜਾ ਜਿਹਾ ਇਧਰੋਂ ਗੁਜਰਾਤ ਵੀ ਹੈ ਮੱਧਿਆਪਰਦੇਸ਼ ਵੀ ਹੈ ਮਹਾਰਾਸ਼ਟਰ ਦਾ ਥੋੜਾ ਜਿਹਾ ਹਿੱਸਾ ਵੀ ਹੈ ਤੇ ਇਧਰੋਂ ਆਪਣੇ ਕੋਲੇ ਕੁਝ ਹਿੱਸੇ ਦੱਖਣ ਦੇ ਵੀ ਹੈ ਠੀਕ ਹੈ ਦਾ ਆਂਧਰਾ ਦਾ ਹੋ ਗਿਆ ਠੀਕ ਹੈ ਨੀਚੇ ਤਾਮਿਲਨਾਡੂ ਦਾ ਹੋ ਗਿਆ ਕੇਰਲਾ ਤਾਂ ਵਿੱਚ ਇਹਨਾਂ ਨੇ ਲਿੱਤਾ ਨਹੀਂ ਠੀਕ ਹੈ ਤਾਂ ਇਹ ਇਹਨਾਂ ਇਲਾਕਿਆਂ ਦੇ ਵਿੱਚ ਕੀ ਪੁੱਛ ਰਿਹਾ ਆ ਉਹ ਕਿਹੜੀ ਫਸਲ ਉਗਾਈ ਜਾਂਦੀ ਹੈ ਤਾਂ ਤੁਹਾਨੂੰ ਯਾਦ ਕਰਨਾ ਪਏਗਾ ਕਿ ਇੱਥੇ ਕੀ ਉਗਾਇਆ ਜਾਂਦਾ ਹੈ ਕਪਾਹ ਕਿਉਂਕਿ ਇੱਥੋਂ ਦੀ ਜਿਹੜੀ ਬਨਸਪਤੀ ਮਿੱਟੀ ਹੈ ਇੱਥੋਂ ਦੀ ਜਿਹੜੀ ਜਲ ਵਾਯੂ ਹੈ ਉਹ ਕਪਾਹ ਦੀ ਫਸਲ ਦੇ ਲਈ ਹੀ ਉਪਯੋਗੀ ਹੈ ਠੀਕ ਹੈ ਬੇਟਾ ਫੋਰਥ ਕੁਐਸਚਨ ਛਾਇਆਦਾਰ ਖੇਤਰ ਨੂੰ ਪਹਿਚਾਨ ਕੇ ਦੱਸੋ ਕਿ ਇੱਥੇ ਕਿਹੜੀ ਪਰਬਤ ਲੜੀ ਪਾਈ ਜਾਂਦੀ ਹੈ ਆਪਾਂ ਨੇ ਦੇਖਣਾ ਵੀ ਪਰਬਤ ਕਿਹੜੇ ਨੇ ਇਸ ਥਾਂ ਤੇ ਦੇਖੋ ਕਿਥੋਂ ਸ਼ੁਰੂ ਹੋ ਰਹੇ ਹਨ ਜੰਮੂ ਕਸ਼ਮੀਰ ਦੇ ਇਲਾਕੇ ਤੋਂ ਲੈ ਕੇ ਉਧਰ ਅਰੁਣਾਚਲ ਪ੍ਰਦੇਸ਼ ਤੱਕ ਠੀਕ ਹੈ ਸਿੱਕਮ ਤੱਕ ਇਧਰੋਂ ਨੇਪਾਲ ਵੀ ਕਵਰ ਕੀਤਾ ਹੋਇਆ ਤਾਂ ਇਹੇ ਬੇਟਾ ਕਿਹੜੀ ਪਰਬਤ ਲੜੀ ਹੈ ਇਹ ਹੈ ਹਿਮਾਲਿਆ ਪਰਬਤ ਲੜੀ ਠੀਕ ਹੈ ਜੀ ਸਮਝ ਆ ਗਿਆ ਬੇਟਾ ਇਹ ਤੁਹਾਨੂੰ ਨੈਕਸਟ ਦੇਖੋ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਅਤੇ ਜਨਵਰੀ ਮਹੀਨੇ ਵਿੱਚ ਤੁਸੀਂ ਮੰਨ ਲਈ ਮੁੰਬਈ ਜਾਣਾ ਚਾਹੁੰਦੇ ਹੋ ਤੁਹਾਨੂੰ ਉੱਥੇ ਗਰਮ ਕੱਪੜੇ ਲੈ ਜਾਣ ਦੀ ਲੋੜ ਕਿਉਂ ਨਹੀਂ ਹੈ ਉੱਥੇ ਸਮਝਾਂ ਲਵਾਈਉ ਹੈ ਠੰਡਾ ਜਲਵਾਈਉ ਹੈ অতি ਠੰਡਾ ਹੈ অতি ਗਰਮ ਹੈ ਤਾਂ ਇਹਨਾਂ ਚ ਕਿਹੜੇ ਆਪਸ਼ਨ ਨੂੰ ਲਗਾਵਾਂਗੇ ਬੇਟਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੁੰਬਈ ਦੇ ਵਿੱਚ ਰਜੇ ਸਮਝਾਂ ਲਵਾਈਉ ਹੁੰਦਾ ਨਾ ਜ਼ਿਆਦਾ ਗਰਮੀ ਹੁੰਦੀ ਹੈ ਤੇ ਨਾ ਜ਼ਿਆਦਾ ਠੰਡ ਹੁੰਦੀ ਹੈ ਜਦੋਂ ਬਰਸਾਤ ਦੇ ਮੌਸਮ ਹੁੰਦਾ ਬਹੁਤ ਜ਼ਿਆਦਾ ਉੱਥੇ ਮਤਲਬ ਮੌਨਸੂਨ ਆਇਆ ਹੁੰਦਾ ਉਸ ਟਾਈਮ ਥੋੜੀ ਠੰਡਕ ਹੁੰਦੀ ਹੈ ਵਰਨਾ ਉੱਥੇ ਸਮਝ ਜਲਵਾਯੋ ਸਮਾਨ ਜਲਵਾਯੋ ਵਾਲਾ ਮੌਸਮ ਰਹਿੰਦਾ ਹੈ ਕਲੀਅਰ ਜੀ ਅਗਲਾ ਕੁਐਸਚਨ ਹੇਠ ਲਿਖਿਆ ਨੂੰ ਕਹਿੰਦੇ ਠੀਕ ਕ੍ਰਮ ਅਨੁਸਾਰ ਲਿਖੋ ਇਹਨਾਂ ਦਾ ਕ੍ਰਮ ਮਿਲਾਣਾ ਹੈ ਆਪਾਂ ਪਹਿਲੇ ਚ ਕੀ ਹੈ ਫਰਨੀਚਰ ਹੈ ਕਾਗਜ਼ ਹੈ ਲੁਗਦੀ ਇਹ ਵੀ ਕਾਗਜ਼ ਦੀ ਜਿਹੜੀ ਮੇਨ ਪਹਿਲਾ ਪਾਰਟ ਹੈ ਉਹ ਹੈ ਕਲਾਤਮਕ ਵਸਤੂਆਂ ਠੀਕ ਹੈ ਹੁਣ ਇਹ ਇਹਨਾਂ ਜੋ ਕਿਹਦੇ ਨਾਲ ਮਿਲ ਸਕਦਾ ਫਰਨੀਚਰ ਆਪਾਂ ਕਿਹਦੇ ਤੋਂ ਬਣਾਉਨੇ ਆ ਕਾਗਜ਼ ਆਪਾਂ ਕਿਹਦੇ ਤੋਂ ਬਣਾਉਨੇ ਆ ਲੱਕੜ ਤੋਂ ਠੀਕ ਹੈ ਕਲਾਤਮਕ ਵਸਤੂਆਂ ਬਣਾਉਣੀਆਂ ਨੇ ਆਪਾਂ ਲੱਕੜ ਤੇ ਮੀਨਾਕਾਰੀ ਕਰਕੇ ਬਣਾਉਣੀਆਂ ਲੱਕੜ ਦੇ ਉੱਪਰ ਕਲਾ ਕਰਕੇ ਬਣਾਉਣੀਆਂ ਤਾਂ ਉਹ ਬੇਟਾ ਕਿਹਦੇ ਨਾਲ ਮਿਲ ਰਿਹਾ ਹੈ 6th ਕੁਐਸਚਨ ਜਿਹੜਾ ਹੈ 6th ਦਾ ਜਿਹੜਾ ਪਹਿਲਾ ਪਾਰਟ ਹੈ ਉਹ 3rd ਨਾਲ ਮਿਲ ਰਿਹਾ ਠੀਕ ਹੈ ਪਹਿਲਾ ਕਿਹਦੇ ਨਾਲ ਮਿਲ ਰਿਹਾ 3rd ਨਾਲ ਕਿਉਂਕਿ ਸਾਲ ਸਾਗਵਾਨ ਟਾਲੀ ਅਰਜੁਨ ਮਹੂਆ ਇਸ ਸਾਰੀਆਂ ਲੱਕੜ ਦੀਆਂ ਦਰਖਤਾਂ ਦੀਆਂ ਕਿਸਮਾਂ ਨੇ ਠੀਕ ਹੈ ਜਿਨ੍ਹਾਂ ਦੀ ਲੱਕੜ ਫਰਨੀਚਰ ਕਾਗਜ਼ ਲੁਕਦੀ ਲਈ ਇਸਤੇਮਾਲ ਹੁੰਦੀ ਹੈ। ਸੈਕਿੰਡ ਹੈ ਬਟਾਈ ਦੇ ਵਿੱਚ ਆਯੁਰਵੈਦਿਕ ਦਵਾਈਆਂ। ਹੁਣ ਦੇਖੋ ਆਯੁਰਵੈਦਿਕ ਦਵਾਈਆਂ ਸੀ ਨਕੋਨਾਂ ਜਿਹਦੇ ਤੋਂ ਕੁਨীন ਬਣਦੀ ਹੈ। ਸਰਪਗੰਦਾ, ਹਰੜ, ਬਹੇੜਾ, ਆਮਲਾ ਜਦੋਂ ਕਦੇ ਹਨਾ ਬੱਚੇ ਦਾ ਪੇਟ ਦਰਦ ਕਰਦਾ ਤਾਂ ਉਹਨਾਂ ਦੇ ਮੰਮੀ ਹਰੜ ਬਹੇੜਾ ਜਾਂ ਆਮਲਾ ਇਹਨਾਂ ਦੇ ਵਿੱਚੋਂ ਇਹਨਾਂ ਦਾ ਮਿਸ਼ਰਣ ਦਿੰਦੇ ਨੇ। ਹਨਾ ਹਰੜਾਂ ਦਾ ਚੂਰਨ ਆਪਾਂ ਖਾਂਦੇ ਆ ਪੇਟ ਦਰਦ ਠੀਕ ਹੋ ਜਾਂਦਾ ਹੈ। ਆਮਲਾ ਆਪਾਂ ਖਾਨੇ ਆ ਤਾਂ ਉਹਦੇ ਆਪਣੀ ਬਾਡੀ ਨੂੰ ਬਹੁਤ ਜਾਂਦਾ ਫਾਇਦੇ ਹੁੰਦੇ ਨੇ ਤੇ ਆਯੁਰਵੈਦਿਕ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੇ ਨੇ ਸਾਰੇ ਤਾਂ ਇਹਦਾ ਮਤਲਬ ਸੈਕਿੰਡ ਕਿਹਦੇ ਨਾਲ ਮਿਲੇਗਾ ਬੇਟਾ ਜੀ ਫਸਟ ਨਾਲ ਹੁਣ ਰਹਿ ਗਿਆ ਥਰਡ ਚਮੜਾ ਰੰਗਣ ਲਈ ਪਦਾਰਥ ਆਪਾਂ ਚਮੜਾ ਰੰਗਣਾ ਹੈ ਠੀਕ ਹੈ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਤਾਂ ਚਮੜਾ ਰੰਗਣ ਲਈ ਬੇਟਾ ਮੈਨਗਰੂਵ ਕੱਚ ਤੇ ਗੈਂਬੀਅਰ ਇਹ ਆਪਣੀ ਆਜੂਗੀ ਆਪਸ਼ਨ ਨੰਬਰ 2 ਤਾਂ ਇਹ ਕੁਐਸਚਨ ਕਲੀਅਰ ਹੋ ਗਿਆ ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਇੱਥੇ ਵੀ ਇੱਕ ਦੇਸ਼ ਦਿਖਾਇਆ ਹੋਇਆ ਸੰਸਾਰ ਦੇ ਨਕਸ਼ੇ ਦੇ ਵਿੱਚ ਕਹਿੰਦੇ ਇਹ ਵਿਸ਼ਵ ਭਾਰ ਵਿੱਚ ਕੌਫੀ ਲਈ ਪ੍ਰਸਿੱਧ ਹੈ ਚਲੋ ਹੁਣ ਜੇ ਨਕਸ਼ਾ ਨਾ ਵੀ ਬਣਾਇਆ ਹੁੰਦਾ ਇਹਨੇ ਇੱਕ ਲਾਈਨ ਲਿਖਤੀ ਵਿਸ਼ਵ ਭਾਰ ਵਿੱਚ ਕੌਫੀ ਲਈ ਪ੍ਰਸਿੱਧ ਹੈ ਤਾਂ ਉਹ ਕਿਹੜਾ ਦੇਸ਼ ਹੈ ਬੇਟਾ ਬ੍ਰਾਜ਼ੀਲ ਕਿਹੜਾ ਹੈ ਬ੍ਰਾਜ਼ੀਲ ਤਾਂ ਇਹ ਵੀ ਬ੍ਰਾਜ਼ੀਲ ਹੈ ਇਹ ਕਿੱਥੇ ਬਣਿਆ ਹੋਇਆ ਹੈ ਦੇਖੋ ਇਹ ਦੱਖਣੀ ਅਮਰੀਕਾ ਇਹ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਦਾ ਦੇਸ਼ ਹੈ ਬ੍ਰਾਜ਼ੀਲ ਕਲੀਅਰ ਹੋ ਗਿਆ ਬੇਟਾ ਅੱਗੇ ਦੇਖੋ गोपाल ਦੇ ਪਿਤਾ ਜੀ ਦੀ ਆਮਦਨ ਸਲਾਨਾ ਆਮਦਨ ਇੱਕ ਸਾਲ ਪੂਰੇ ਦੀ ਆਮਦਨ ਜਿਹੜੀ ਹੈ ਉਹ 5 ਲੱਖ ਰੁਪਏ ਹੈ ਇਸ ਵਿੱਚੋਂ ਉਹ 3 ਲੱਖ ਰੁਪਏ ਵਸਤੂਆਂ ਤੇ ਸੇਵਾਵਾਂ ਉੱਪਰ ਖਰਚ ਕਰ ਦਿੰਦੇ ਨੇ ਤੇ ਉਹਨਾਂ ਕੋਲ 2 ਲੱਖ ਰੁਪਏ ਬਚ ਜਾਂਦੇ ਨੇ ਤੇ ਅਰਥ ਸ਼ਾਸਤਰ ਅਨੁਸਾਰ ਅਕੋਰਡਿੰਗ ਟੂ ਇਕਨੋਮਿਕਸ ਇਹਨੂੰ ਆਪਾਂ ਕੀ ਕਹਾਵਾਂਗੇ ਤੋਂ ਕਲੀਅਰ ਕਟਾ ਆਪਾਂ ਨੂੰ ਪਤਾ ਵੀ ਬਚਤ ਕਹਾਵਾਂਗੇ ਪਰ ਜੇ ਬਾਕੀ ਦੋ ਪੁੱਛ ਲੈਂਦਾ ਉਹਨੂੰ ਕੀ ਕਹਿੰਦੇ ਇਹਦਾ ਆਨਸਰ ਤਾਂ ਬੇਟਾ ਹੈਗਾ ਦੇਖੋ ਹਾਂਜੀ ਇਹਦਾ ਆਨਸਰ ਤਾਂ ਹੈਗਾ ਬਚਤ ਹੁਣ ਉਹਦੀ ਆਮਦਨ ਹੈ 5 ਲੱਖ ਰੁਪਏ ਉਹ ਤਾਂ ਕਲੀਅਰ ਕਟ ਹੈ ਕਿ ਉਹ ਆਮਦਨ ਹੈ 3 ਲੱਖ ਰੁਪਏ ਉਹਨੇ ਖਰਚ ਕਰਤੇ ਜੇ ਉਹ ਖਰਚ ਵਾਲੀ ਗੱਲ ਦਾ ਪੁੱਛੂਗਾ ਦਾ ਮਤਲਬ ਉਹ ਆਪਣੇ ਉਤੇ ਉਹਨੇ ਕੀ ਕਰ ਲਿਆ ਉਸਦਾ ਉਪਯੋਗ ਕਰ ਲਿਆ ਯੂਟਿਲਾਈਜ਼ ਕਰ ਲਿਆ ਉਹਨੂੰ ਠੀਕ ਹੈ ਬਜਟ ਤਾਂ ਹੁੰਦਾ ਵੀ ਆਪਾਂ ਆਪਣੇ ਕੋਲ ਪੈਸਾ ਆਣ ਤੇ ਨਾਲ ਦੀ ਨਾਲ ਸੋਚਦੇ ਹਾਂ ਕਿ ਇਹਦੇ ਚ ਅਸੀਂ ਇੰਨਾ ਕਰ ਲਾਂਗੇ ਇੰਨਾ ਖਰਚ ਕਰ ਲਾਂਗੇ ਇੰਨਾ ਬਚਾ ਲਾਂਗੇ ਇੰਨਾ ਕਿ ਅਸੀਂ ਕਿਤੇ ਹੋਰ ਲਗਾ ਦਾਂਗੇ ਉਹ ਹੁੰਦਾ ਨਿਵੇ ਬਜਟ ਬਾਰੇ ਸੋਚਣਾ ਬਜਟ ਬਣਾਣਾ ਨਿਵੇਸ਼ ਹੁੰਦਾ ਹੈ ਅਗਲੀ ਪੂੰਜੀ ਨਿਰਮਾਣ ਦੇ ਲਈ ਆਪਾਂ ਨੇ ਕਿਸੇ ਇਹ ਲੋ ਪੂੰਜੀ ਨਿਰਮਾਣ ਦੇ ਵਿੱਚ ਜਦੋਂ ਪੈਸਾ ਲਗਾਇਆ ਜਾਂਦਾ ਹੈ ਪੂੰਜੀ ਵਧਾਉਣ ਦੇ ਲਈ ਜਦੋਂ ਪੈਸਾ ਲਗਾਇਆ ਜਾਂਦਾ ਹੈ ਉਹਨੂੰ ਨਿਵੇਸ਼ ਕਹਿੰਦੇ ਆ ਕਲੀਅਰ ਹੈ ਬੇਟਾ ਅਗਲਾ ਕੁਐਸਚਨ ਇਹਖਾਂ ਲਈ ਜੇ ਗ੍ਰਾਫ ਦਾ ਕਹਿੰਦੇ ਅਧਿਐਨ ਕਰੋ ਤੇ ਪ੍ਰਸ਼ਨ ਦਾ ਉੱਤਰ ਦਿਓ ਲੈਫਟ ਸਾਈਡ ਆਪਣੇ ਕੋਲ ਹੈ ਸਾਲ ਰਾਈਟ ਸਾਈਡ ਹੈ ਆਪਣੇ ਕੋਲੇ ਆਬਾਦੀ ਉਹਨੇ ਕਿਹਾ 2011 ਤੋਂ 2021 ਦੇ ਵਿਚਕਾਰ ਜਨਸੰਖਿਆ ਵਿੱਚ ਕਿੰਨਾ ਵਾਧਾ ਹੋਇਆ ਤੁਸੀਂ ਕਹੋਗੇ ਤਾਂ ਇਜ਼ੀ ਜਿਹਾ ਕੁਐਸਚਨ ਹੈ ਸੀ ਮਾਈਨਸ ਕਰਕੇ ਫਟਾਫਟ ਦੱਸ ਦਾਂਗੇ ਬਟ ਜਦੋਂ ਆਪਾਂ ਇਹਨਾਂ ਨੂੰ ਮਾਈਨਸ ਕਰਦੇ ਆ ਤਾਂ ਆਪਣੇ ਕੋਲ ਕੀ ਆਂਦਾ ਹੈ 470 ਲੱਖ ਕਿਉਂਕਿ ਆਪਣੀ ਜਿਹੜੀ 기ਵਨ ਹੈ ਉਹ ਲੱਖ ਹੈ ਪਰ ਜਿਹੜੇ ਆਨਸਰ ਨੇ ਉਹ ਸਾਰੇ ਕਾਹਦੇ ਚ ਨੇ ਕਰੋੜ ਦੇ ਵਿੱਚ ਤਾਂ 4.70 ਕਰੋੜ ਦੇਖੋ ਕਿਹੜੀ ਆਪਸ਼ਨ ਆਜੂਗੀ ਫਸਟ ਆਪਸ਼ਨ 10th ਕੁਐਸਚਨ ਲਾਭ ਅਤੇ ਆਮਦਨ ਦੀ ਮਾਤਰਾ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਵੇਸ਼ ਨਿਰਪਰ ਕਰਦਾ ਹੈ ਤਾਂ ਉਹ ਕਿਹੜਾ ਨਿਵੇਸ਼ ਹੈ ਬੇਟੇ ਕਦੋਂ ਆਪਾਂ ਕੋਈ ਵੀ ਉਦਮੀ ਆ ਜਿਹੜਾ ਪੈਸਾ ਲਗਾਉਣ ਲਈ ਤਿਆਰ ਹੋਊਗਾ ਜਿਹਦੇ ਵਿੱਚ ਉਹ ਸੋਚੂਗਾ ਵੀ ਮੈਂ ਇੰਨੀ ਆਮਦਨ ਹੋਊਗੀ ਮੈਨੂੰ ਇੰਨਾ ਲਾਭ ਹੋਊਗਾ ਮੈਨੂੰ ਜਾਦਾ ਲਾਭ ਹੋਣਾ ਚਾਹੀਦਾ ਤਾਂ ਇਹ ਬੇਟਾ ਹੁੰਦਾ ਹੈ ਪ੍ਰੇਰਿਤ ਨਿਵੇਸ਼ ਜਿਹੜਾ ਕਿਸ ਤੋਂ ਪ੍ਰੇਰਣਾ ਲੈਂਦਾ ਹੈ ਲਾਭ ਤੋਂ ਆਮਦਨ ਤੋਂ ਜਦੋਂ ਉਹਨੂੰ ਦਿਖਦਾ ਹੈ ਕਿ ਹਾਂ ਮੈਨੂੰ ਇੰਨਾ ਲਾਭ ਮਿਲ ਜੇਗਾ ਮੈਨੂੰ ਇੰਨੀ ਆਮਦਨ ਹੋ ਜਾਏਗੀ ਉਹਨੂੰ ਪ੍ਰੇਰਣਾ ਮਿਲਦੀ ਹੈ ਤੇ ਉਹ ਹੋਰ ਪੈਸਾ ਪੂੰਜੀ ਨਿਰਮਾਣ ਦੇ ਵਿੱਚ ਲਗਾਉਂਦਾ ਹੈ ਠੀਕ ਹੈ ਜੀ ਅਗਲਾ ਆ ਗਿਆ ਬਫਰ ਸਟਾਕ ਦਾ ਕੀ ਉਦੇਸ਼ ਹੈ ਤਾਂ ਬਫਰ ਸਟਾਕ ਬੇਟਾ ਸਰਕਾਰਾਂ ਰੱਖਦੀਆਂ ਨੇ ਕਾਦੇ ਵਾਸਤੇ ਰੱਖਦੀਆਂ ਨੇ ਇਹ ਆਪਣੀ ਕੀਮਤਾਂ ਨੂੰ ਵਧਣ ਤੋਂ ਰੋਕਣ ਦੇ ਲਈ ਠੀਕ ਹੈ ਬਫਰ ਸਟਾਕ ਜਦੋਂ ਹੈ ਆਪਣੇ ਕੋਲ ਜਦੋਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਤਾਂ ਇਸ ਬਫਰ ਸਟਾਕ ਦੇ ਵਿੱਚੋਂ ਸਮਾਨ ਲਿਆ ਕੇ ਮਾਰਕੀਟ ਦੇ ਵਿੱਚ ਲਿਆਂਦਾ ਜਾਂਦਾ ਹੈ ਜਦੋਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਆ ਜਾਂਦਾ ਤਾਂ ਉਹਦੀ ਜਿਹੜੀ ਕੀਮਤ ਹੈ ਉਹ ਆਪਣੇ ਆਪ ਹੀ ਘਟਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਜਦੋਂ ਪੂਰਤੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਕੀਮਤ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਨੈਕਸਟ ਦੇਖੋ ਸੰਸਾਰ ਵਿੱਚ ਭਾਰਤੀ ਰੇਲਵੇ ਨੈਟਵਰਕ ਦਾ ਕੀ ਸਥਾਨ ਹੈ ਹਾਂਜੀ ਬੇਟਾ ਇੰਪੋਰਟੈਂਟ ਕੁਐਸਚਨ ਹੈ ਇਹ ਜਿਹੜੀ ਇੰਡੀਅਨ ਰੇਲਵੇ ਹੈ ਉਹ ਸਾਰੇ ਸੰਸਾਰ ਚ ਕਿੰਨਾਵਾਂ ਨੰਬਰ ਰੱਖਦੀ ਹੈ ਉਹ ਹੈਗਾ ਬੇਟਾ ਚੌਥਾ ਠੀਕ ਹੈ ਚੌਥਾ ਸਥਾਨ ਹੈ ਸਾਰੇ ਦੇਸ਼ ਸਾਰੇ ਸੰਸਾਰ ਦੇ ਵਿੱਚ ਅਗਲਾ ਦੇਖੋ ਜਦੋਂ ਕਹਿੰਦੇ ਵਸਤੂਆਂ ਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ ਤਾਂ ਬਾਜ਼ਾਰ ਵਿੱਚ ਉਸ ਵਸਤੂ ਦੀ ਮੰਗ ਡੈਸ਼ ਹੋ ਜਾਂਦੀ ਹੈ ਚਲੋ ਤੁਸੀਂ ਹੁਣ ਇੱਕ ਛੋਟੀ ਜੀ ਐਗਜ਼ਾਮਪਲ ਤੋਂ ਲਾ ਕੇ ਦੇਖੋ ਪਹਿਲਾਂ ਆਪਾਂ ਆਪਣੇ ਘਰ ਦੇ ਵਿੱਚ 5 ਕਿਲੋ ਚੀਨੀ ਲੈ ਕੇ ਆਉਂਦੇ ਸੀ ਹਰ ਮੰਥ ਤੇ ਉਦੋਂ ਉਹਦੀ ਕੀਮਤ ਸੀਗੀ 100 ਰੁਪਿਆ ਠੀਕ ਹੈ ਤੇ ਹੁਣ ਉਹਦੀ ਕੀਮਤ ਜ਼ਿਆਦਾ ਹੋ ਗਈ ਕੀਮਤ ਆਲਮੋਸਟ ਡਬਲ ਹੋ ਗਈ ਮੰਨ ਲਓ 200 ਰੁਪਏ ਦੀ 5 ਕਿਲੋ ਆਨ ਲੱਗੀ ਤਾਂ ਹੁਣ ਆਪਾਂ ਵਸਤੂ ਦੀ ਮੰਗ ਕੀ ਕਰਾਂਗੇ ਆਪਾਂ ਥੋੜੀ ਘਟਾ ਦਾਂਗੇ ਕਿਉਂਕਿ ਆਪਣੇ ਘਰ ਦਾ ਬਜਟ ਹਿਲਦਾ ਠੀਕ ਹੈ ਆਮਦਨ ਆਪਣੀ ਓਨ ਹੀ ਨਹੀਂ ਹੈਗੀ ਤਾਂ ਆਪਾਂ ਕੀ ਕਰਾਂਗੇ ਉਸ ਵਸਤੂ ਦੀ ਮੰਗ ਨੂੰ ਘਟਾ ਦਾਂਗੇ ਤਾਂ ਕੀ ਆਊਗਾ ਇਹਦਾ ਆਪਸ਼ਨ ਬੇਟਾ ਸੈਕਿੰਡ ਆਪਸ਼ਨ ਸਾਰੇ ਕੁਐਸਚਨ ਇਹ ਸਮਝ ਆ ਗਏ ਹੁਣ ਨੈਕਸਟ ਤੇ ਚਲਦੇ ਹਾਂ ਇਹ ਲਿਖਿਆਂ ਵਿੱਚੋਂ ਕਿਹੜੀ ਖੇਤੀ ਆਧਾਰਿਤ ਕਿਰਿਆ ਨਹੀਂ ਹੈ ਤਾਂ ਖੇਤੀ ਆਧਾਰਿਤ ਕਿਰਿਆ ਡੈਰੀ ਫਾਰਮਿੰਗ ਹੈ, ਮੁਰਗੀ ਪਾਲਣਾ ਹੈ, ਪਸ਼ੂ ਪਾਲਣਾ ਹੈ, ਕਿ ਲੋਹਾਰ ਹੈ ਕਿਹੜੀ ਖੇਤੀ ਤੇ ਆਧਾਰਿਤ ਨਹੀਂ ਹੈਗੀ ਤਾਂ ਰਜੇ ਇਹਦੇ ਵਿੱਚੋਂ ਕਿਹੜੀ ਨਹੀਂ ਹੈਗੀ ਲੋਹਾ ਹੁਣ ਤੁਹਾਡੇ ਮਾਈਂਡ ਦੇ ਵਿੱਚ ਆਊਗਾ ਕਿ ਲੋਹਾਰ ਦਾ ਜਿਹੜਾ ਹੱਲ ਬਣਾਉਂਦਾ ਜਾਂ ਕੋਈ ਹੋਰ ਉਹ ਉਜ਼ਾਰ ਬਣਾਉਂਦਾ ਉਹ ਲੋਹੇ ਦੇ ਹੁੰਦੇ ਨੇ ਉਹ ਲੋਹਾਰ ਬਣਾਉਂਦਾ ਫੇਰ ਇਹਨੂੰ ਕਿਉਂ ਨਹੀਂ ਖੇਤੀ ਆਧਾਰਿਤ ਕਿਰਿਆ ਕਹਿੰਦੇ ਬੇਟਾ ਖੇਤੀ ਦੇ ਨਾਲ ਰਿਲੇਟਿਡ ਕਿਹੜੇ ਕਿਹੜੇ ਕਿਰਿਆਵਾਂ ਨੂੰ ਆਪਾਂ ਸ਼ਾਮਿਲ ਕਰਦੇ ਹਾਂ ਮੁਰਗੀ ਪਾਲਣਾ ਡੈਰੀ ਫਾਰਮਿੰਗ ਪਸ਼ੂ ਪਾਲਣਾ ਠੀਕ ਹੈ ਇਹ ਸਾਰੀਆਂ ਕਿਰਿਆਵਾਂ ਜਿਵੇਂ ਮੱਖੀ ਪਾਲਣਾ ਵੀ ਕਈ ਵਾਰ ਇਹਦੇ ਵਿੱਚ ਆ ਜਾਂਦਾ ਹੈ ਖੇਤੀ ਆਧਾਰਿਤ ਕਿਰਿਆਵਾਂ ਦੇ ਵਿੱਚ ਬਟ ਲੋਹਾਰਾ ਕੰਮ ਹੈ ਜਿਹੜਾ ਉਹ ਇੱਕ ਅਲੱਗ ਉਦਯੋਗਿਕ ਉਹਦੇ ਬਾਰੇ ਪਾਸੇ ਚਲਾ ਜਾਂਦਾ ਹੈ ਅਹ ਐਂ ਕਹਿ ਲੋ ਇਹਨੂੰ ਇਹ ਪ੍ਰਾਇਮਰੀ ਤੋਂ ਸੈਕੰਡਰੀ ਖੇਤਰ ਦੇ ਵਿੱਚ ਚਲਾ ਜਾਂਦਾ ਹੈ ਇਸ ਕਰਕੇ ਇਹਨੂੰ ਆਪਾਂ ਖੇਤੀ ਆਧਾਰਿਤ ਕਿਰਿਆ ਨਹੀਂ ਕਹਾਂਗੇ ਅਗਲਾ ਦੇਖੋ ਸੰਸਾਰ ਦੇ ਨਕਸ਼ੇ ਵਿੱਚ ਪਛਾਨ ਕਰੋ ਕਿ ਇੱਥੇ 1789 ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਕ੍ਰਾਂਤੀ ਹੋਈ ਸੀ ਸੇਮ ਗੱਲ ਬੇਟਾ ਜੇ ਤੁਹਾਨੂੰ ਇਹਦੇ ਬਾਰੇ ਥੋੜੀ ਜੀ ਵੀ ਨੌਲੇਜ ਹੈ ਤਾਂ 1789 ਦੇ ਵਿੱਚ ਕਿਹੜੀ ਕ੍ਰਾਂਤੀ ਹੋਈ ਸੀ ਫਰਾਂਸ ਦੀ ਕ੍ਰਾਂਤੀ ਹੋਈ ਸੀ ਠੀਕ ਹੈ ਤਾਂ ਜੇ ਆਪਾਂ ਹੁਣ ਇਹਨੂੰ ਜ਼ੂਮ ਕਰਕੇ ਦੇਖਣਾ ਵੀ ਚਾਹੀਏ ਦੇਖੋ ਤਾਂ ਇੱਥੇ ਇਹ ਕਿਹੜਾ ਦੇਸ਼ ਹੈ ਬੇਟਾ ਇਹ ਹੈਗਾ ਫਰਾਂਸ ਅਗਲਾ ਕੁਐਸਚਨ ਮੁੰਡਾ ਆંદੋਲਨ ਦਾ ਆਗੂ ਕੌਣ ਸੀ ਉਹ ਬੇਟਾ ਕੁਸਚਨ ਦੇ অপਸ਼ਨਾਂ ਚੋਂ ਹੀ ਕਲੀਅਰ ਹੋ ਰਹੇ ਹਨ बिरसा मुंडा ਠੀਕ ਹੈ ਜਦੋਂ ਆਪਾਂ ਇਹਦੇ ਬਾਰੇ ਅੱਗੇ ਪੜਾਂਗੇ ਆ ਤੁਹਾਨੂੰ ਮੈਂ ਕੋਈ ਇਹਦੇ ਬਾਰੇ ਇੰਪੋਰਟੈਂਟ ਵੀਡੀਓ ਬਣਾ ਕੇ ਦੱਸ ਦਾਂਗੇ ਠੀਕ ਹੈ ਵੀ ਇਹ ਕੀ ਸੀ मुंडा ਅੰਦੋਲਨ ਅਗਲਾ ਦੇਖੋ ਬਸਤੀਵਾਦ ਅਧੀਨ ਬਣਾ ਦੀ ਕਟਾਈ ਦੇ ਕੀ ਕਾਰਨ ਨੇ ਬਸਤੀਵਾਦ ਕੋਲੋਨੀਅਲਿਜ਼ਮ ਠੀਕ ਹੈ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਇੰਡੀਆ ਨੂੰ ਆਪਣੀ ਬਸਤੀ ਬਣਾ ਲਿਆ ਸੀ ਤਾਂ ਫਿਰ ਉਹ ਬਣਾ ਦੀ ਕਟਾਈ ਕਿਉਂ ਕਰਨ ਲੱਗ ਗਏ ਸੀ ਉਹਨਾਂ ਨੇ ਖੇਤੀ ਦਾ ਵਿਸਤਾਰ ਕਰਨਾ ਸੀ ਉਹਨਾਂ ਨੇ ਰੇਲਵੇ ਦਾ ਵਿਸਤਾਰ ਕਰਨਾ ਸੀ ਸਮੁੰਦਰੀ ਜਹਾਜ਼ ਬਣਾਉਣੇ ਸੀ ਇਹ ਸਾਰਾ ਕੁਝ ਤਾਂ ਬੇਟਾ ਇਹਦਾ ਆਨਸਰ ਆਊਗਾ ਸਾਰਾ ਕੁਝ ਉਪਰੋਕਤ ਸਾਰੇ ਖੇਤੀ ਦਾ ਵਿਸਥਾਰ ਵੀ ਕਰਨਾ ਸੀ ਉਹਨਾਂ ਨੇ ਆਪਣੀ ਇਨਕਮ ਵਧਾਉਣੀ ਸੀ ਰੇਲਵੇ ਦਾ ਵੀ ਵਿਸਥਾਰ ਕਰਨਾ ਸੀ ਕਿਉਂਕਿ ਜੇ ਰੇਲਵੇ ਹੋਊਗੀ ਤਾਂ ਹੀ ਇੰਡੀਆ ਦੇ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਉਹ ਆਪਣਾ ਮਾਲ ਢੋ ਸਕਣਗੇ ਬਾਹਰਲਾ ਮਾਲ ਲਿਆ ਕੇ ਇੱਧਰ ਲੈ ਕੇ ਆ ਸਕਣਗੇ ਤੇ ਇੰਡੀਆ ਵਾਲਾ ਸਾਰਾ ਸਮਾਨ ਉਹ ਕੱਚਾ ਮਾਲ ਵਗੈਰਾ ਆਪਣੇ ਦੇਸ਼ ਚ ਲੈ ਜਾਣਗੇ ਹੁਣ ਉਹ ਰੇਲਵੇ ਨਾਲ ਤਾਂ ਸਾਰਾ ਸਫਰ ਕਰ ਨਹੀਂ ਸਕਦੇ ਤਾਂ ਉਹਨਾਂ ਨੂੰ ਸਮੁੰਦਰੀ ਜਹਾਜ਼ ਵੀ ਬਣਾਉਣੇ ਪੈਣਗੇ ਤਾਂ ਇਹ ਉਪਰੋਕਤ ਸਾਰੇ ਬਨਾਂ ਦੀ ਕਟਾਈ ਦੇ ਕਾਰਨ ਸੇ ਫ੍ਰਾਂਸ ਦੀ ਕ੍ਰਾਂਤੀ ਕਦੋਂ ਹੋਈ ਹੁਣ ਇਹਦਾ ਜਵਾਬ ਬੇਟਾ ਤੁਹਾਨੂੰ ਦੇਖੋ ਪਿਛਲੀ ਕੁਐਸਚਨ ਤੋਂ ਮਿਲ ਜੂਗਾ ਸ਼ੁਰੂ ਕਿੱਥੋਂ ਹੋਈ ਸੀ ਦੇਖੋ ਆਪਾਂ ਹੁਣੀ-ਹੁਣੀ ਪੜਿਆ ਸੀ 1799 ਵਿੱਚ ਤਾਂ ਇੱਥੇ ਦੇਖੋ ਕਿਹੜੀਆਂ ਆਪਸ਼ਨਾਂ 'ਚ ਲਿਖਿਆ ਹੋਇਆ ਕਿਸੇ ਆਪਸ਼ਨ 'ਚ 1799 ਨਹੀਂ ਹੈਗਾ ਸਿਰਫ ਫਾਸਟ ਦੇ ਵਿੱਚ ਆ ਤਾਂ ਇਹਦੀ ਆਪਸ਼ਨ ਇਹਦਾ ਆਨਸਰ ਕੀ ਹੋ ਜੂਗਾ 1799 ਤੋਂ 1799 ਸੋਸ਼ਲ ਕਾਂਟਰੈਕਟ ਇੱਕ ਬੁੱਕ ਹੈ ਉਹਦਾ ਲੇਖਕ ਕੌਣ ਸੀ ਕਹਿੰਦੇ ਤਾਂ ਇਹਦਾ ਲੇਖਕ ਸੀ ਬੇਟਾ ਰੂਸੋ ਠੀਕ ਹੈ ਜੀ ਮਨ ਲਓ ਤੁਸੀਂ 1789 ਈਸਵੀ ਤੋਂ ਪਹਿਲਾਂ ਫਰਾਂਸ 'ਚ ਰਹਿੰਦੇ ਸੀ ਤੇ ਤੁਹਾਡੇ ਦੁਆਰਾ ਰਾਜ ਸਰਕਾਰਾਂ ਨੂੰ ਟੈਕਸ ਦਿੱਤਾ ਜਾਂਦਾ ਸੀ ਤਾਂ ਤੁਸੀਂ ਕਿਸ ਵਰਗ ਨਾਲ ਸੰਬੰਧਿਤ ਸੀ ਜੇ ਰਾਜੇ ਜੇ ਫਰਾਂਸ ਕ੍ਰਾਂਤੀ ਤੁਸੀਂ ਪੜ੍ਹੀ ਹੋਈ ਹੈ ਤਾਂ ਤੁਹਾਨੂੰ ਪਤਾ ਹੈ ਪਹਿਲੇ ਤੇ ਦੂਜੇ ਵਰਗ ਦੇ ਤੋਂ ਕੋਈ ਵੀ ਟੈਕਸ ਨਹੀਂ ਲਿੱਤਾ ਜਾਂਦਾ ਸੀ ਟੈਕਸ ਸਿਰਫ ਔਰ ਸਿਰਫ ਤੀਸਰਾ ਵਰਗ ਹੀ ਪੇ ਕਰਦਾ ਸੀ ਤਾਂ ਇਹਦਾ ਆਨਸਰ ਕੀ ਆ ਜਾਊਗਾ ਤੀਜਾ ਵਰਗ ਠੀਕ ਹੈ ਜੀ ਬੀ ਤੱਕ ਕੁਐਸਚਨ ਸਮਝ ਆ ਗਏ ਚਲੋ ਜੀ ਨੈਕਸਟ ਸੰਸਾਰ ਦੇ ਨਕਸ਼ੇ ਵਿੱਚ ਆ ਦੇਖੋ ਹੁਣ ਇੱਥੇ ਇੱਕ ਸੰਸਾਰ ਦੇ ਨਕਸ਼ੇ ਵਿੱਚ ਆ ਸਥਾਨ ਦਿਖਾਇਆ ਹੈ ਕਹਿੰਦੇ ਇਸ ਨੂੰ ਵਰਸਾਈ ਦੀ ਸੰਧੀ ਵਿੱਚ ਪਹਿਲੇ ਵਿਸ਼ਵ ਯੁੱਧ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਦੇਖੋ ਇੱਥੇ ਇਹ ਦੇਸ਼ ਹੈ ਫਰਾਂਸ ਦੇ ਆਸ-ਪਾਸ ਦਾ ਠੀਕ ਹੈ ਤਾਂ ਇਹ ਕਿਹੜਾ ਦੇਸ਼ ਹੈ ਬੇਟਾ ਇਹ ਦੇਸ਼ ਹੈਗਾ ਜਰਮਨੀ ਕਿਹੜਾ ਦੇਸ਼ ਹੈ राजे ਇਹ ਹੈ ਜਰਮਨੀ ਹੁਣ ਇਹ ਇੱਥੇ ਕੀ ਹੋਇਆ ਸੀ ਵਰਸਾਈ ਦੀ ਸੰਧੀ ਵਿੱਚ ਯਾਦ ਰੱਖਣਾ ਹੈ ਪਹਿਲੇ ਵਿਸ਼ਵ ਯੁੱਧ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਨਾ ਮਾਤਰ ਮੁਖੀ ਕੌਣ ਹੁੰਦਾ ਹੈ ਨਾ ਮਾਤਰ ਤਾਂ ਉਹਦਾ ਮਤਲਬ ਉਹਦਾ ਆਨਸਰ ਹੋਊਗਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਤਾਂ 올 ਇਨ 올 ਹੁੰਦਾ ਸਾਰੀਆਂ ਪਾਵਰਸ ਹਨ ਤੇ ਰਾਸ਼ਟਰਪਤੀ ਜਿਹੜਾ ਹੈ ਉਹਨੂੰ ਆਪਾਂ ਨਾ ਮਾਤਰ ਦਾ ਮੁਖੀ ਕਹਿੰਦੇ ਆ 23ਵਾਂ ਕੁਐਸਚਨ ਇਹਦੇ ਵਿੱਚ ਹੈ ਰਾਜੇ ਕਿ ਸੋਸ਼ਲ ਵਿਰੁੱਧ ਅਧਿਕਾਰ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਅਨੁਸਾਰ ਕਿੰਨੇ ਸਾਲ ਤੋਂ ਘੱਟ ਬੱਚੇ ਨੂੰ ਆਪਾਂ ਕਾਰਖਾਨੇ 'ਚ ਨਹੀਂ ਲਗਾ ਸਕਦੇ ਤਾਂ ਕਿੰਨੇ ਤੋਂ ਘੱਟ ਬੱਚੇ ਨੂੰ ਕਾਰਖਾਨੇ ਵਿੱਚ ਨਹੀਂ ਲਗਾ ਸਕਦੇ ਰਾਜੇ ਆਪਾਂ 14 ਸਾਲ ਠੀਕ ਹੈ ਤਾਂ ਇਹ ਯਾਦ ਰੱਖਣਾ ਹੈ ਇਹ ਕਾਰਖਾਨੇ ਵੀ ਕਿਹੜੇ ਹੁੰਦੇ ਨੇ ਜਿਦੇ ਵਿੱਚ ਕੋਈ ਡੇਂਜਰਸ ਚੀਜ਼ ਬਣਦੀ ਹੈ ਜਾਂ ਕੋਈ ਡੇਂਜਰਸ ਗੈਸ ਨਿਕਲਦੀ ਹੈ ਜਾਂ ਉਸ ਬੱਚੇ ਦੀ ਉਹ ਲਾਈਫ ਨੂੰ ਖਤਰਾ ਹੋ ਸਕਦਾ ਠੀਕ ਹੈ ਉਸ ਤਰ੍ਹਾਂ ਦੇ ਕਾਰਖਾਨਿਆਂ ਦੇ ਵਿੱਚ ਆਪਾਂ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਨਹੀਂ ਲਗਾ ਸਕਦੇ ਇਹ ਕਿਹੜੇ ਅਧਿਕਾਰ ਅਨੁਸਾਰ ਆਉਂਦਾ ਹੈ ਸ਼ੋਸ਼ਣ ਵਿਰੁੱਧ ਅਧਿਕਾਰ ਅਗਲਾ ਕਹਿੰਦੇ ਜਦੋਂ ਸੰਸਦ ਦੀ ਬੈਠਕ ਨਾ ਹੋ ਰਹੀ ਹੋਵੇ ਮਤਲਬ ਸੰਸਦ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਉਸ ਸਮੇ ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ? ਕੌਣ ਆਦੇਸ਼ ਜਾਰੀ ਕਰ ਸਕਦਾ ਹੈ? ਤਾਂ ਉਸ ਸਮੇ ਬੇਟਾ ਰਾਸ਼ਟਰਪਤੀ ਇਹ ਕੰਮ ਕਰ ਸਕਦਾ ਹੈ। ਲੋਕਤੰਤਰ ਦੀ ਸਫਲਤਾ ਦੇ ਰਾਹ ਵਿੱਚ ਆਉਣ ਵਾਲੀ ਰੁਕਾਵਟ ਕਿਹੜੀ ਆ ਹੁੰ ਦੱਸੋ ਆਪਾਂ ਲੋਕਤੰਤਰ ਸਰਕਾਰ ਬਣਾਈ ਹੈ ਆਪਣੀ ਇੰਡੀਆ ਦੇ ਵਿੱਚ ਲੋਕਤੰਤਰ ਆ ਸਭ ਤੋਂ ਵੱਡਾ ਹੈ। ਤੇ ਉਹਦੇ ਜੇ ਇਹਨੂੰ ਸਫਲ ਕਰ ਰਹੇ ਆਪਾਂ ਉਹਦੀ ਰਾਹ ਵਿੱਚ ਰੁਕਾਵਟ ਕੌਣ ਬਣੂਗਾ? ਪੜ੍ਹੇ ਲਿਖੇ ਨਾਗਰਿਕ ਬਣਨਗੇ? ਨਹੀਂ। ਕਾਨੂੰਨ ਦਾ ਸ਼ਾਸਨ ਨਹੀਂ ਹੈ ਤਾਂ ਆਪਣੀ ਸਪੈਸ਼ialਟੀ ਹੈ ਕਿ ਆਪਣੇ ਕਾਨੂੰਨ ਦਾ ਰਾਜ ਹੈ ਠੀਕ ਹੈ ਸਮਾਜਿਕ ਸਮਾਨਤਾ ਨਹੀਂ ਇਹ ਵੀ ਆਪਣੇ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਕਿ ਆਪਾਂ ਸਾਰਿਆਂ ਨੂੰ ਸਮਾਜਿਕ ਤੌਰ ਤੇ ਸਮਾਨ ਸਮਝਦੇ ਹਾਂ ਯੈਸ ਇਹ ਜਿਹੜਾ ਚੌਥਾ ਰੀਜ਼ਨ ਹੈ ਨਾ ਜਾਤੀਵਾਦ ਅਤੇ ਸੰਪਰਦਾਇਕਤਾ ਇਹੀ ਲੋਕਤੰਤਰ ਦੀ ਸਫਲਤਾ ਦੇ ਰਾਹ ਵਿੱਚ ਰੁਕਾਵਟ ਹੈ 26ਵਾਂ ਕੁਐਸਚਨ ਦੇਖੋ ਕਹਿੰਦੇ ਰਾਜੀਵ ਤੇ ਗगन ਪੜੇ ਲਿਖੇ ਨਾਗਰਿਕ ਨੇ ਦੇਸ਼ ਦੀਆਂ ਆਰਥਿਕ ਸਮਾਜਿਕ ਰਾਜਨੀਤਿਕ ਸਮੱਸਿਆਵਾਂ ਨੂੰ ਵੀ ਸਮਝਦੇ ਨੇ ਤੇ ਹੱਲ ਕਰਨ ਲਈ ਵੀ ਉਹ ਭੂਮਿਕਾ ਨਿਭਾਉਂਦੇ ਨੇ ਤਾਂ ਉਹ ਕਿਸ ਪ੍ਰਕਾਰ ਦੇ ਲੋਕਤੰਤਰ ਦਾ ਹਿੱਸਾ ਨੇ ਸੋਚ ਕੇ ਰਸੋ ਜੀ 26ਵਾਂ ਕੁਐਸਚਨ ਤੁਹਾਡਾ ਉਹ ਸਫਲ ਲੋਕਤੰਤਰ ਜਿਹੜਾ ਲੋਕਤੰਤਰ ਸਫਲ ਹੈ ਉਹ ਹੀ ਆਪਣੇ ਨਾਗਰਿਕਾਂ ਨੂੰ ਇੰਨੇ ਸਾਰੇ ਖੁੱਲ੍ਹ ਦਿੰਦਾ ਹੈ ਆਜ਼ਾਦੀ ਦਿੰਦਾ ਹੈ ਕਿ ਉਹ ਆਸਾਨੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਨੂੰ ਹੱਲ ਕਰਨ ਦੇ ਵਿੱਚ ਵੀ ਯੋਗਦਾਨ ਦੇਣ ਅਗਲਾ ਦੇਖੋ ਜੇਕਰ ਕਿਸੇ ਨਾਗਰਿਕ ਨੂੰ ਮੌਲਿਕ ਅਧਿਕਾਰਾਂ ਸੰਬੰਧੀ ਸੁਰੱਖਿਆ ਨਹੀਂ ਮਿਲਦੀ ਤਾਂ ਉਹ ਇਸ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਸਥਾ ਕੋਲ ਜਾਊਗਾ ਮੰਨ ਲਓ ਉਹਦੇ ਮੌਲਿਕ ਅਧਿਕਾਰ ਨਹੀਂ ਠੀਕ ਹੈ ਆਪਾਂ ਨੂੰ ਅਧਿਕਾਰ ਦਿੰਦੇ ਨੇ ਸਰਕਾਰ ਨੇ ਇਹ ਇਹਦੇ ਵਿੱਚੋਂ ਜੇ ਉਹ ਪੂਰੇ ਨਹੀਂ ਹੁੰਦੇ ਜਾਂ ਆਪਾਂ ਨੂੰ ਉਹਦੇ ਪ੍ਰਤੀ ਸੁਰੱਖਿਆ ਨਹੀਂ ਮਿਲਦੀ ਕੋਈ ਆਪਣੇ ਤੋਂ ਅਧਿਕਾਰ ਖੋਣਾ ਚਾਹੁੰਦਾ ਤਾਂ ਆਪਾਂ ਫਿਰ ਕਿਹਦੇ ਕੋਲ ਜਾਵਾਂਗੇ ਕਾਰਜਪਾਲਿਕਾ ਕੋਲੇ ਵਿਧਾਨਪਾਲਿਕਾ ਕੋਲੇ ਮੀਡੀਆ ਕੋਲੇ ਨਹੀਂ ਜੀ ਆਪਾਂ ਜਾਵਾਂਗੇ ਆਪਣੀ ਨਿਆਂਪਾਲਿਕਾ ਕੋਲੇ ਕਿਹਦੇ ਕੋਲ ਜਾਵਾਂਗੇ ਬੇਟਾ ਨਿਆਂਪਾਲਿਕਾ ਮਤਲਬ ਆਪਣੇ ਜਿਹੜੇ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਠੀਕ ਹੈ ਇਦਾਂ ਜਿਹੜੀਆਂ ਆਪਣੀਆਂ ਅਦਾਲਤਾਂ ਨੇ ਉਹਨਾਂ ਦੇ ਕੋਲ ਜਾਵਾਂਗੇ ਅਗਲਾ ਕੁਐਸਚਨ ਦੇਖੋ ਭਾਰਤੀ ਸੰਵਿਧਾਨ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ ਨੇ ਹਾਂਜੀ ਦੇਖੋ ਜੀ ਕਿਹੜੇ ਦੇਸ਼ ਤੋਂ ਆਪਾਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਲਿੱਤੇ ਨੇ ਇਹ ਲਿੱਤੇ ਨੇ ਬੇਟਾ ਆਪਾਂ ਆਇਰਲੈਂਡ ਤੋਂ ਕਿੱਥੋਂ ਆਇਰਲੈਂਡ ਤੋਂ 29ਵਾਂ ਕੁਐਸਚਨ ਗ੍ਰਾਫ ਨੂੰ ਕਹਿੰਦੇ ਧਿਆਨ ਨਾਲ ਦੇਖੋ ਕਿ ਲੱਭੋ ਕਿਹੜੇ ਖੇਤਰ ਨੇ ਜੀਡੀਪੀ ਵਿੱਚ ਸਭ ਤੋਂ ਵੱਧ ਹਿੱਸਾ ਪਾਇਆ ਤਾਂ ਬੇਟਾ ਇੱਧਰ 1973 ਦਿੱਤਾ ਹੋਇਆ ਇੱਧਰ 2010 ਤੇ 11 ਦਾ ਡਾਟਾ ਦਿੱਤਾ ਹੋਇਆ ਕਿਹੜਾ ਖੇਤਰ ਹੈ ਜਿਹੜਾ ਉਹ ਵਧਿਆ ਦੇਖੋ ਇਹ ਵਾਲਾ ਜਿਹੜਾ ਖੇਤਰ ਹੈ ਟੇਡੀਆਂ ਲਾਈਨਾਂ ਵਾਲਾ ਇਹ ਤਾਂ ਘਟਿਆ ਜਿਹੜਾ ਇਹ ਵਿਚ ਵਾਲਾ ਸਾਫ਼ ਖੇਤਰ ਹੈ ਇਹ ਤਕਰੀਬਨ ਬਰਾਬਰ ਜਾਈਏ ਥੋੜਾ ਬਹੁਤਾ ਹੀ ਫਰਕ ਹੈ ਠੀਕ ਹੈ ਤਾਂ ਕਿਹੜੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਦੇਖੋ ਇੰਨਾ ਵਾਧਾ ਹੋਇਆ ਕਿਹੜੇ ਖੇਤਰ ਦੇ ਵਿੱਚ ਹੋਇਆ ਇਹਨਾਂ ਤਿੰਨਾਂ ਇਹਨਾਂ ਚਿੰਨਾਂ ਤੋਂ ਦੇਖੋ ਤਾਂ ਇਹ ਹੋਇਆ ਜੀ ਟਰਸ਼ਰੀ ਖੇਤਰ ਕਿਹੜੇ ਖੇਤਰ ਦੇ ਵਿੱਚ ਤੀਸਰੇ ਖੇਤਰ ਦੇ ਵਿੱਚ ਕਿਹੜਾ ਆਪਣਾ ਉੱਤਰ ਆਊਗਾ ਇਹਦੇ ਵਿੱਚ ਸੈਕੰਡ ਠੀਕ ਹੈ ਜੀ ਇਹ ਸਮਝ ਆ ਗਿਆ ਹੁਣ ਅਗਲਾ ਕਾਨੂੰਨ ਦੇ ਸ਼ਾਸਨ ਦਾ ਸਿਧਾਂਤ ਕੀ ਹੈ ਜੇ ਆਪਾਂ ਕਹਿੰਦੇ ਆ ਕਿ ਕਾਨੂੰਨ ਦਾ ਰਾਜ ਹੈ ਤਾਂ ਉਹਦਾ ਮਤਲਬ ਕੀ ਹੈ ਦੇਖੋ ਕੀ ਹੋਊਗਾ ਜੀ ਸਰਕਾਰ ਦਾ ਸ਼ਾਸਨ ਹੈ ਨੋ ਸਰਕਾਰ ਤਾਂ ਬਦਲਦੀਆਂ ਰਹਿੰਦੀਆਂ ਨੇ ਜੱਜਾਂ ਦੇ ਨਿਯਮ ਨੇ ਨਹੀਂ ਜੋਤਾ ਸੰਵਿਧਾਨ ਦੀ ਪਾਲਣਾ ਕਰਦੇ ਨੇ ਵਕੀਲਾਂ ਦਾ ਉਹ ਵੀ ਦੇਖੋ ਸੰਵਿਧਾਨ ਦੇ ਮੁਤਾਬਕ ਹੀ ਚੱਲਦੇ ਨੇ ਤਾਂ ਕਿਹਦੇ ਆਪਸ਼ਨ ਆਊਗੀ ਕਾਨੂੰਨ ਦੇ ਸਾਹਮਣੇ ਸਮਾਨਤਾ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਨੇ ਰਾਸ਼ਨ ਦੀਆਂ ਦੁਕਾਨਾਂ ਤੋਂ ਕੀ ਮਿਲਦਾ ਜੀ ਆਪਾਂ ਨੂੰ ਮਿਲਦਾ ਜੀ ਅਨਾਜ ਖੰਡ ਮਿੱਟੀ ਦਾ ਤੇਲ ਨਕਸ਼ੇ ਦੇ ਅਨੁਸਾਰ ਦਸਾਈ ਦਰਿਆ ਦੀ ਪਛਾਣ ਕਰੋ ਲਓ ਜੀ ਇੱਕ ਹੋਰ ਦਰਿਆ ਆਪਣੇ ਇੰਡੀਆ ਦਾ ਦੇਖੋ ਜੀ ਇਹ ਦੇਖੋ ਇਧਰੋਂ ਛੱਤੀਸਗੜ੍ਹ ਦੇ ਵਿੱਚੋਂ ਦੀ ਲੰਘਦਾ ਹੋਇਆ ਹਨਾ ਇਹ ਕਿੱਧਰ ਨੂੰ ਜਾ ਰਿਹਾ ਹੈ ਇਹ ਕਿਹੜਾ ਹੈ ਇਹ ਨਦਰੀਆ ਇਹ ਹੈਗੀਆਂ ਬੇਟਾ ਮਹਾਨਦੀ ਕਿਹੜਾ ਦਰਿਆ ਹੈ ਇਹ ਮਹਾਨਦੀ ਤੇ ਇਹ ਕਿਹਦੇ ਕਰਕੇ ਪ੍ਰਸਿੱਧ ਹੈ ਇਹ ਵੀ ਜਾਣ ਲਓ ਇਹ ਹੀਰਾਕੁੰਡ ਡੈਮ ਕਰਕੇ ਪ੍ਰਸਿੱਧ ਹੈ ਤੇ ਇਹਦੀ ਵਿਸ਼ੇਸ਼ਤਾ ਹੋਰ ਕੀ ਹੈ ਕਿ ਇਹਦੇ ਤੇ ਇੱਕ ਨੇਤਾ ਜੀ ਸੁਭਾਸ਼ ਚੰਦਰ ਬੋਸ ਸੇਤੂ ਵੀ ਬਣਿਆ ਹੋਇਆ ਹੈ ਤੇ ਇਹਦੀ ਆਪਸ਼ਨ ਕੀ ਆਊਗੀ ਬੇਟਾ ਫਾਸਟ ਮਹਾਨਦੀ ਤੇ ਬਾਕੀ ਤਾਂ ਗੱਲਾਂ ਵੀ ਯਾਦ ਹੋ ਗਈਆਂ ਨਾ ਅਗਲਾ ਦੇਖੋ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਨਾ ਨਵਿਆਉਣ ਯੋਗ ਸਰੋਤ ਨਹੀਂ ਹੈ ਦੇਖੋ ਲਝਾਏ ਆ ਤੁਹਾਨੂੰ ਥੋੜਾ ਜਾਂ ਨਾ ਨਵਿਆਉਣ ਯੋਗ ਸਰੋਤ ਨਹੀਂ ਹੈ ਪੁੱਛਿਆ ਤੇ ਇਹਦਾ ਆਨਸਰ ਕੀ ਆਊਗਾ ਕੱਚਾ ਤੇ ਨਾ ਨਵਿਆਉਣ ਯੋਗ ਸਰੋਤ ਨਹੀਂ ਆ ਇਹਨੋਂ ਆਪਾਂ ਨਾ ਵਿਆ ਨਹੀਂ ਸਕਦੇ ਠੀਕ ਹੈ ਅਗਲਾ ਦੇਖੋ ਇਸ ਘਟਨਾ ਨੇ ਸਿਵਲ ਨਾ ਫਰਮਾਨੀ ਆंदोलਨ ਦੀ ਸ਼ੁਰੂਆਤ ਕੀਤੀ ਕਿਹੜੇ ਆंदोलਨ ਨੇ ਜੀ ਸਿਵਲ ਨਾ ਫਰਮਾਨੀ ਕਿਹਨੇ ਸ਼ੁਰੂਆਤ ਕੀਤੀ ਸੀ ਜੀ ਆਪਣੇ ਕੋਲ ਆਊਗਾ ਪਹਿਲਾ ਆਪਸ਼ਨ ਡਾਂਡੀ ਮਾਰਚ ਅਗਲਾ ਫੇਰ ਆਪਾਂ ਨਕਸ਼ੇ ਨੂੰ ਧਿਆਨ ਨਾਲ ਦੇਖਣਾ ਹੈ ਅਤੇ ਭਾਰਤ ਦੇ ਪੱਛਮੀ ਤੱਟ ਤੇ ਸਥਿਤ ਦੋ ਪ੍ਰਮੁੱਖ ਬੰਦਰਗਾਹਾਂ ਦੀ ਪਛਾਣ ਕਰਨੀ ਹੈ ਤੇ ਇਹਦੇ ਲਈ ਆਪਾਂ ਇਹਨੂੰ ਜ਼ੂਮ ਕਰਦੇ ਹਾਂ ਹੁਣ ਦੇਖੋ ਇਹ ਹੈਗਾ ਆਪਣਾ ਇੰਡੀਆ ਠੀਕ ਹੈ ਇਹ ਇੰਡੀਆ ਦਾ ਪੱਛਮੀ ਤੱਟ ਹੈ ਇਹ ਇੰਡੀਆ ਦਾ ਪੂਰਬੀ ਤੱਟ ਹੈ ਇੱਥੇ ਆਪਾਂ ਨੂੰ ਦੋ ਦਿਖ ਰਹੀਆਂ ਨੇ ਬੰਦਰਗਾਹਾਂ ਇੱਕ ਤਾਂ ਇਹ ਹੈ ਜਿਹੜਾ ਹੈ ਗੋਆ ਇੱਕ ਹੈ ਇਹ ਵਾਲੀ ਬੰਦਰਗਾਹ ਜਿਹੜੀ ਹੈ ਸੂਰਤ ਤਾਂ ਆਪਾਂ ਆਪਣੀਆਂ ਆਪਸ਼ਨਾਂ ਦੇ ਵਿੱਚ ਦੇਖਦੇ ਹਾਂ ਵੀ ਇਹ ਕਿਤੇ ਲਿਖੀਆਂ ਹੋਈਆਂ ਨੇ ਕਿਉਂਕਿ ਆਪਾਂ ਨੇ ਤਾਂ ਨਕਸ਼ੇ ਮੁਤਾਬਕ ਇਹੀ ਲੱਭਿਆ ਤਾਂ ਕਿਹੜਾ ਆਨਸਰ ਆਊਗਾ ਜੀ ਇਹਦਾ 35ਵੇਂ ਦਾ ਤੀਜਾ ਸੂਰਤ ਅਤੇ ਗੋਆ ਤਾਂ ਮੈਨੂੰ ਆਸ ਹੈ ਬੇਟਾ ਤੁਹਾਨੂੰ ਇਹ ਸਾਰੇ ਦੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਠੀਕ ਹੈ ਤੁਸੀਂ ਰੱਟਾ ਨਹੀਂ ਲਾਇਆ ਹੋਣਾ ਆਨਸਰਾਂ ਨੂੰ ਤੁਨੂੰ ਇਹ ਕੁਐਸਚਨ ਸਮਝ ਆਏ ਹੋਣਗੇ ਤਾਂ ਬੇਟਾ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੁਹਾਨੂੰ ਕੁਝ ਸਮਝ ਆਇਆ ਤਾਂ ਲਾਈਕ ਜ਼ਰੂਰ ਕਰ ਦੇਣਾ ਤੇ ਆਪਣੇ ਹੋਰ ਫਰੈਂਡਸ ਨੂੰ ਆਪਣੇ ਰਿਲੇਟਿਵਸ ਦੇ ਵਿੱਚ ਜਿਹੜੇ ਬੱਚੇ 10th ਚ ਪੜ੍ਹਦੇ ਨੇ ਉਹਨਾਂ ਨੂੰ ਮੇਰੀਆਂ ਵੀਡੀਓਜ਼ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਬਾਏ ਬੱਚੇ